ਗਾਂ ਤਾਂ ਆਪਣੀ ਸੂਈ ਨਹੀਂ ਹਿੱਲਦੀ ਮੇਰੇ ਅੱਜ। ਹਾਂ ਆ ਵੇਖੋ ਕਿੰਨੀ ਵਧੀਆ ਦਾਲ ਬਣੀ ਨਾ। ਹਾਂ ਵੇਖੋ ਆਹ ਚੱਲੀਆਂ ਨੇ ਤਵੀਆਂ। ਅੱਜ ਗੋਭੀ ਬਣਾਵਾਂਗੇ, ਗੋਭੀ ਆਲੂ ਬੜੇ ਸਵਾਦ ਬਣਦੇ ਆ। ਮੈਂ ਹੁਣ ਬਣਾਵਾਂਗੀ ਸਬਜ਼ੀ ਗੋਭੀ ਦੀ। ਆ ਵੇਖੋ ਕੱਲ ਲੈ ਕੇ ਆਏ ਸੀ ਗੋਭੀ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਿਰ ਤੋਂ ਅਸੀਂ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਤੇ ਆ ਦੇਖੋ ਜੀ ਹਰਪ੍ਰੀਤ ਸਾਡਾ ਕੀ ਕਰ ਰਿਹਾ ਹੈਗਾ, ਇਹ ਤੁਹਾਨੂੰ ਦਿਖਾ ਰਿਹਾ। ਹਾਂਜੀ ਆ ਦੇਖੋ ਜੀ ਸਾਰੇ ਦਿਖਾ ਰਹੇ ਤੁਹਾਨੂੰ ਫੁੱਲ। ਪਾਲਕ ਹੈ, ਪਾਲਕ ਨਹੀਂ ਹੈ ਬੇਟਾ, ਸਾਗ ਹੈ, ਇਹ ਸਰੋਂ ਦੀ ਸਾਗ ਹੈਗਾ ਜੀ। ਇਹ ਸਾਡੀ ਸਰੋਂ ਖੜੀ ਹੈ। ਤੇ ਆ ਵੇਖੋ ਆ ਸਾਗ ਹੈਗਾ, ਸਾਗ ਬਣਾਈ ਦਾ ਹੈਗਾ। ਪਾਲਕ ਤਾਂ ਬੇਟਾ ਆਪਣੇ ਘਰ ਹੈਗੀ। ਹਾਂ ਤੇ ਉਹ ਮੇਰੀ ਮੈਡਮ ਖੜੀ, ਅਸੀਂ ਅੱਜ ਇੱਥੇ ਖੇਤ ਵਿੱਚ ਸਵੇਰੇ ਸਵੇਰੇ ਘੁੰਮਣ ਆ ਗਏ। ਅਜੇ 7:30 ਹੋ ਗਏ ਹੋਣੇ, ਘਰੋਂ 7 ਚੱਲੇ ਸੀ ਬਾਬਾ ਜੀ। ਹੱਥ ਨਾ ਲਾਣਾ ਥੱਲੇ ਬੇਟਾ, ਕੰਡਾ ਲੱਗ ਗਿਆ ਤਾਂ। ਤੇ ਅਸੀਂ ਘੁੰਮ ਰਹੇ ਆਪਦੀ ਸਰੋਂ ਚ। ਦੇਖੋ ਪਿੱਛੇ ਸਾਡੀ ਸਰੋਂ ਖੜੀ ਹੈ, ਬਹੁਤ ਹੀ ਵਧੀਆ ਸ਼ਾਨਦਾਰ। ਸਰੋਂ ਧੋ ਗਈ ਬਹੁਤ ਵਧੀਆ, ਤੇ ਮੌਸਮ ਵੀ ਬਦਲਵਾਈ ਹੋ ਚੁੱਕੀ ਹੈ, ਤੇ ਠੰਡ ਪੈਣ ਦਾ ਨਾਮ ਹੈ ਨਹੀਂ ਗਾ। ਵੇਖ ਲਓ ਚੁੰਨੀਆਂ ਕੀਤੀ। ਨਹੀਂ ਨਹੀਂ ਠੰਡ ਹੈਗੀ ਆ, ਇਹੋ ਜਿਹੀ ਤਾਂ ਗੱਲ ਹੈ ਨਹੀਂ, ਸਵੇਰੇ ਸਵੇਰੇ ਬਹੁਤ ਠੰਡ ਪੈਂਦੀ ਹੈ। ਤੇ ਹਰਪ੍ਰੀਤ ਤਾਂ ਦੇਖੋ ਕੋ ਪਾ ਰੱਖੀ ਹੈ ਕੋਟੀ, ਤੇ ਆਪਣੀ ਸਰੋਂ ਬਹੁਤ ਸੋਹਣੀ ਖੜੀ ਹੈ ਜੀ। ਆਪਾਂ ਤੁਹਾਨੂੰ ਕੀ ਦੱਸੀਏ, 1 ਹੋ ਗਿਆ ਬਜਾਈ ਕਰੀ ਨੂੰ। ਇੱਧਰ ਪਿਛਲੇ ਮਹੀਨੇ ਦੀ 10 ਤਰੀਕ ਦਾ ਹੈ, 1 ਮਹੀਨੇ ਤੋਂ ਉੱਤੇ ਹੀ ਹੋ ਗਿਆ। ਤੇ ਇੱਧਰ ਮੋਰ ਤੇ ਮੋਰਨੀ ਵੇਖੋ, ਦੱਸੇ ਕੀ ਜਾਂਦੇ ਨੇ। ਮੋਰ ਪਹਿਲਾਂ ਪਾ ਰਿਹਾ, ਮੋਰਨੀ ਕੋਲ ਬੈਠੀ ਹੈ। ਅਰੇ ਮੋਰ ਬਹੁਤ ਦੂਰ ਹੈਗਾ, ਇੱਥੋਂ ਦਿਖਦੇ ਨਹੀਂ। ਉਹ ਖੇਡੀ ਜਾਂਦੇ ਜਿਵੇਂ ਖੇਡਦੇ ਨੇ, ਉਹ ਸਾਵਾਂ ਲੱਗੇ ਖੜੇ ਦੂਰ ਹੈਗੇ ਆ ਮੋਰ। ਹਾਂ ਵੇਖੋ ਅਸੀਂ ਹੁਣ ਚਲਦੇ ਆ ਅੱਗੇ, ਘੁੰਮਦੇ ਆ। ਮੋਰ ਕਿਹੜਾ ਮਾਰਨੇ ਸਰ ਨੂੰ ਚੱਲਦੇ। ਖੇਤ ਹੈਗਾ ਸਾਡਾ, ਹਰਾ ਭਰਾ ਖੇਤ ਹੋ ਗਿਆ। ਪਹਿਲਾਂ ਤਾਂ ਖਾਲੀ ਜਿਹਾ ਹੋ ਗਿਆ ਸੀਗਾ, ਵਿਖਦਾ ਸੀ ਪਤਾ ਨਹੀਂ ਯਾਰ ਹੁਣ ਕੀ ਬਣੂਗਾ ਤੇ ਕੀ ਹੋਊਗਾ। ਤੇ ਹੁਣ ਸਾਡੀ ਸਰੋਂ ਫੇਰ ਹਰਿਆਲੀ ਦੇਖਣ ਲੱਗ ਗਈ। ਪਿੱਛੇ ਦੇਖੋ ਕਿੱਡੀ ਸੋਹਣੀ ਹਰਿਆਲੀ ਹੈ ਨਾ। ਵੇਖ ਜੀ ਮਿਹਨਤ ਹੈ, ਜਿਹੜੀ ਮਿਹਨਤ ਹੈ ਫਿਰ ਕਾਮਯਾਬੀ ਫਿਰ ਆਪਣੀ ਆਊਗੀ, ਦੁਬਾਰਾ ਰੰਗ ਲਾਊਗੀ, ਕਾਮਯਾਬ ਹੋਵਾਂਗੇ ਦੁਬਾਰਾ ਜਿੰਨੀ ਮਿਹਨਤ ਕਰਾਂਗੇ। ਅਤੇ ਇੱਥੇ ਥੋੜ੍ਹੀ ਜਿਹੀ ਸਰੋਂ ਹੈ ਨਾ, ਹੈ ਤਾਂ ਪੂਰੀ ਵਧੀਆ ਲੇਕਿਨ ਛੋਟੀ ਰਹਿ ਗਈ, ਅਤੇ ਵੱਧ ਰਹੀ ਹੈ। ਪਾਣੀ ਲਾਉਂਦੇ ਹਾਂ ਦੁਬਾਰਾ ਇੱਕ ਹੋਰ 5-7 ਦਿਨਾਂ ਤੱਕ ਵਧੀਆ ਹੋ ਜਾਏਗੀ। ਖੁਰਾਕ ਖਰੂਕ ਪਾਉਂਦੇ ਹਾਂ ਇਹਦੇ ਵਿੱਚ, ਯੂਰੀਆ ਸਲਫਰ ਜਿੰਕ ਅਤੇ ਮਾਈਕੋ ਰਾਜਾ ਸਾਰੀਆਂ ਦਵਾਈਆਂ ਪਾ ਕੇ ਅਤੇ ਫਿਰ ਆਪਾਂ ਕੰਮ ਕਰਾਂਗੇ ਅੱਗੇ ਹੋਰ ਵੀ। ਅਤੇ ਅਸੀਂ ਖੇਤ 'ਚ ਗੇੜਾ ਲਾਈ ਜਾਂਦੇ ਹਾਂ। ਸਾਡੀ ਸਰੋਂ ਤਾਂ ਬਿਜਾਈ ਹੋ ਗਈ ਸਾਰੀ, ਅਤੇ 15 ਤੱਕ ਹੁਣ ਜੀਰੇ ਦੀ ਹੈਗੀ ਹੈ ਜਿਹੜੀ, ਬਾਕੀ ਜੀਰਾ ਕਰਨਾ ਉਹ ਜ਼ਰੂਰੀ ਹੈ, ਹੁਣ ਜੀਰਾ ਵੀ ਕਰਾਂਗੇ। ਜੀਰਾ ਇੱਕ ਇਸ ਵਾਰੀ ਲੇਟ ਤਿਉਂ ਕਰ ਰਹੇ ਹਾਂ, ਇੱਕ ਤਾਂ ਗਰਮੀ ਬਹੁਤ ਜ਼ਿਆਦਾ ਅਤੇ ਦੂਸਰੀ ਗੱਲ ਇਹ ਵੀ ਥੋੜ੍ਹਾ ਜਿੰਨਾ ਪਛੇਤਾ ਹੋਊਗਾ ਇੱਕ ਦਿਨ ਸਰਦੀ ਪੈਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਹੈ। ਆਹ ਵੇਖੋ ਜੀ ਸਾਡੇ ਖੇਤ 'ਚ ਆ ਮੋਰ ਬੈਠਾ ਹੈਗਾ, ਉਹ ਬਹੁਤ ਦੂਰ ਹੈਗਾ ਤੁਹਾਨੂੰ ਦਿਖਾ ਦਿੰਦਾ ਆ ਰਿਹਾ ਹੈ ਨਾ, ਬਹੁਤ ਦੂਰ ਹੈਗਾ ਸੀ ਉਹ, ਦੇਖੋ ਬਹੁਤ ਦੂਰ ਹੈਗਾ। ਅਤੇ ਆਪਣਾ ਖੇਤ ਹੈ, ਦੂਰ ਜਾ ਰਿਹਾ ਮੋਰ, ਬਹੁਤ ਦੂਰ ਹੈਗਾ। ਤੇ ਸਾਰੇ ਖੇਤ 'ਚ ਆਪਾਂ ਸਰੋਂ ਕੀਤੀ ਹੋਈ ਹੈ, 10 ਦਿਨਾਂ ਬਾਅਦ ਹਰਿਆਲੀ ਆਪਣੇ ਖੇਤ ਪੂਰੀ ਹੋ ਜਾਏਗੀ, ਸਰੋਂ ਵੱਡੀ ਵੱਡੀ ਹੋ ਜਾਏਗੀ। ਹਾਂ ਸਰੋਂ ਤਾਂ ਵੱਡੀ ਵੱਡੀ ਹੋ ਜਾਊਗੀ, ਬਹੁਤ ਤਕੜੀ ਸਰੋਂ ਵੀ ਹੋਊਗੀ ਆਪਣੀ। ਤੇ ਪੂਰਾ ਖੇਤ ਆਪਣੇ ਕੋਲ ਹੀ ਹੈ ਜੀ, ਆ ਸੇਠਾਂ ਦਾ ਵੇਖੋ ਕਿੰਨਾ ਲੰਮਾ ਚੌੜਾ ਖੇਤ ਹੈਗਾ, ਸਾਰਾ ਆਪਣੇ ਕੋਲ ਹੀ ਹੈ। ਵੇਖੋ ਉਹ ਉੱਥੇ ਨਰਮਾ ਹੈਗਾ ਸੀ, ਉਹ ਪਰੇ ਤੇ ਬਹੁਤ ਹੀ ਜ਼ਿਆਦਾ ਹੈਗਾ ਵੱਡਾ ਖੇਤ। ਤੇ ਆ ਵੇਖ ਹੈਪੀ ਅਤੇ ਹੈਪੀ ਦੀ ਮੰਮੀ ਘੁੰਮਦੇ ਫਿਰਦੇ ਆ ਵਿੱਚ, ਇਹ ਹੁਣ ਪਤਾ ਨਹੀਂ ਪਿੱਛੇ ਹੱਥ ਰੱਖ ਕੇ ਵੇਖ ਆਉਂਦੇ ਪਾ, ਇਹਦਾ ਪਾਪਾ ਇਵੇਂ ਤੁਰਦਾ ਹੁੰਦਾ ਸੀ, ਇਹ ਵੀ ਇਵੇਂ ਤੁਰਦੀ ਹੈ ਵੇਖੋ ਉਹ ਜਾਂਦੀ। ਹਾਂ ਬੇਟਾ ਮੋਰ ਉਹ ਚਲੇ ਗਏ, ਬਸ
ਉੱਡ ਗਏ। ਲਓ ਜੀ ਆਹ ਦੇਖ ਲਓ ਇੱਥੇ ਸਾਡੀ ਰੋਟੀ ਪਾਣੀ ਤਿਆਰ ਹੋ ਰਿਹਾ ਅਤੇ ਆਹ ਰੋਟੀ ਬਣੀ ਜਾਂਦੀ ਹੈ। ਸਵੇਰੇ ਦੇ 10 ਵੱਜ ਚੁੱਕੇ ਨੇ ਅਤੇ ਹੁਣ ਅਸੀਂ ਰੋਟੀ ਪਾਣੀ ਖਾਵਾਂਗੇ ਸਾਰੇ ਜਣੇ। ਅਤੇ ਹਰਪ੍ਰੀਤ ਆਹ ਦੇਖੋ ਲੱਕੜਾਂ ਖਿੱਚੀ ਤੁਰ ਆਉਂਦਾ। ਆਹ ਦੇਖੋ ਉੱਤੋਂ ਗਰਮੀ ਵੀ ਬਹੁਤ ਪਈ ਜਾਂਦੀ, ਸੂਰਜ ਬਹੁਤ ਤੱਪੀ ਜਾਂਦਾ। ਹੈਪੀ ਲੈ ਕੇ ਆ ਗਿਆ ਲੱਕੜਾਂ। ਦੇਖੋ ਜੀ ਇਹਨਾਂ ਦੇ ਕੰਮ ਵੇਖੋ ਸਾਰੇ ਜਣੇ ਖੇੜੇ। ਹਾਂਜੀ ਠਹਿਰ ਕੇ ਰੋਟੀਆਂ ਖਾਵਾਂਗੇ ਜੀ। ਹੁਣ ਹੈਪੀ ਦਾ ਬਣਾਵਾਂਗੇ ਇੱਕ ਪਰੌਂਠਾ ਔਰ ਘਿਓ ਇਹਦਾ ਬਣਾਵਾਂਗੇ ਪਰੌਂਠਾ। ਗਾਂ ਤਾਂ ਆਪਣੀ ਸੂਈ ਨਹੀਂ ਖੇਡਦੀ ਮੇਨ ਅਜੇ ਤਾਂ। ਫਿਰ ਤੋਂ ਆ ਗਿਆ ਵਲੋਗ ਦੇ ਵਿੱਚ ਆਪਾਂ ਸਵੇਰ ਦਾ ਰੋਟੀ ਪਾਣੀ ਬਣਾ ਕੇ। ਇਸ ਟਾਈਮ 3-4 ਵੱਜ ਗਏ ਨੇ ਸ਼ਾਮ ਦੇ। ਹੁਣ ਲਾ ਰਹੀ ਹਾਂ ਬੁੱਖਰ, ਇੱਧਰ ਹੋ ਰਿਹਾ ਪਾਣੀ ਗਰਮ। ਹਰਪ੍ਰੀਤ ਨੂੰ ਨਵਾਵਾਂਗੀ, ਕੱਪੜੇ ਧੋਵਾਂਗੀ, ਆਪ ਨਵਾਵਾਂਗੀ ਅਤੇ ਹਰਪ੍ਰੀਤ ਦੇ ਡੈਡੀ ਚਲਾਈ ਜਾਂਦੇ ਨੇ ਟਰੈਕਟਰ, ਤਵੀ ਵਾਹੀ ਜਾਂਦੇ ਨੇ। ਤੁਹਾਨੂੰ ਚੱਲ ਕੇ ਵਿਖਾਵਾਂਗੇ ਵੀ ਉਹ ਕੀ ਕਰ ਰਹੇ ਨੇ। ਅਤੇ ਸਾਡੇ ਵੀਡੀਓ ਵਿੱਚ ਇੱਦਾਂ ਹੀ ਕੰਟੀਨਿਊ ਬਣੇ ਰਹਿਣਾ। ਅਤੇ ਆਪਾਂ ਲਾ ਲੈਂਦੇ ਹਾਂ ਬੁੱਖਰ ਅਤੇ ਵੇਖੋ ਘਰ। ਅਤੇ ਇੱਧਰ ਪਾਣੀ ਗਰਮ ਰੱਖਤਾ ਮੈਂ, ਹਰਪ੍ਰੀਤ ਨਾ ਲਏਗਾ ਆਪਣਾ ਚੁੱਲ੍ਹਾ। ਵੇਖੋ ਕਿੰਨਾ ਵਧੀਆ ਬਣਿਆ ਚੌਂਕਾ ਨਾ। ਆਹ ਮੇਰਾ ਬੇਟਾ ਖੇਲੀ ਜਾਂਦਾ ਟਰੈਕਟਰ ਨਾਲ ਅਤੇ ਮੈਂ ਲਾ ਲੈਂਦੀ ਹਾਂ ਬੁੱਖਰ ਅਤੇ ਕਰ ਲੈਂਦੀ ਹਾਂ ਘਰ ਦੇ ਕੰਮ ਸਾਰੇ ਜਿੰਨੇ ਵੀ ਪਏ ਨੇ ਜੀ। ਮੈਂ ਅਤੇ ਗੁੱਚੀ ਅਤੇ ਹਰਪ੍ਰੀਤ ਚੱਲੇ ਹਾਂ ਖੇਤ। ਆਹ ਵੇਖੋ ਹਰਪ੍ਰੀਤ ਤਿਆਰ ਹੈ ਗੁੱਚੀ। ਹਾਂ ਅਤੇ ਅਸੀਂ ਚੱਲੇ ਹਾਂ ਅਤੇ ਡੈਡੀ ਵਾਹੀ ਜਾਂਦਾ ਟਰੈਕਟਰ। ਤੁਹਾਨੂੰ ਵਿਖਾਉਂਦੇ ਹਾਂ ਆਪਣੀ ਜ਼ਮੀਨ ਕਿਵੇਂ ਬਣ ਗਈ। ਅਤੇ ਗੁੱਚੀ ਇੱਥੇ ਆ ਜੀ। ਆਹ ਵੇਖੋ ਗੁੱਚੀ ਨੂੰ ਛੱਡ ਦਿੱਤਾ, ਗੁੱਚੀ ਆਵੇਗਾ ਆਪੇ ਮਗਰ ਆ ਜਾ ਬੇਟਾ। ਅਤੇ ਹੁਣ ਨਾ ਮੌਸਮ ਜਿਹਾ ਧੁੰਦ ਵਾਲਾ ਅੱਜ ਹੋ ਗਿਆ, ਜਿਵੇਂ ਲੱਗੀ ਜਾਂਦਾ ਧੁੰਦ ਆ ਗਈ। ਸੂਰਜ ਜਾ ਰਿਹਾ ਕਰੇ ਅਤੇ ਮੈਨੂੰ ਲੱਗਦਾ ਠੰਡ ਸਵੇਰੇ ਆਊਗੀ, ਧੁੰਦ ਆਊਗੀ ਸਵੇਰੇ। ਅਤੇ ਹੁਣ ਆਪਾਂ ਆ ਗਏ ਖੇਤ, ਜਿਹੜੇ ਖੇਤ 'ਚ ਲੱਕੜਾਂ ਜੇ ਵਿਕਦੀਆਂ ਸੀਗੀਆਂ ਨਾ। ਅਤੇ ਆਹ ਵੇਖੋ ਜੀ ਪੂਰਾ ਟਰੈਕਟਰ ਨਾਲ ਇੰਨੀ ਜ਼ਮੀਨ ਵਾਹ ਦਿੱਤੀ ਅਤੇ ਬਾਕੀ ਪਈ ਹੈ ਪਾਣੀ ਲੱਗੀ ਹੋਈ। ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵਾਹ ਦਿਓ ਤੁਸੀਂ। ਆਹ ਵੇਖੋ ਆ ਰਿਹਾ ਟਰੈਕਟਰ, ਵਾਹੀ ਜਾਂਦੇ ਨੇ, ਕਈ ਥਾਂ 'ਤੇ ਫਸ ਵੀ ਜਾਂਦਾ। ਵੇਖੋ ਜੀ ਟਰੈਕਟਰ ਆ ਗਿਆ, ਇੰਨੀ ਜ਼ਮੀਨ ਵਾਹਤੀ ਅਤੇ ਇੰਨੀ ਬਾਕੀ ਪਈ ਹੈ ਵਾਹ ਵਾਲੀ। ਉਹ ਖੰਭੇ ਤੋਂ ਪਰੇ ਪਾਣੀ ਲੱਗ ਗਿਆ ਅਤੇ ਇੰਨਾ ਪਾਣੀ ਆ ਜ਼ਮੀਨ ਵਹਿ ਜਾਏਗੀ, ਆਪਾਂ ਸਾਰਾ ਬੀਜਾਂਗੇ ਰਾਇੜਾ ਸਰਸੋਂ ਬੀਜਾਂ। ਕਾਕਾ ਦੂਰ ਆ ਜਾ ਪੁੱਤਰ। ਅਤੇ ਲੱਕੜਾਂ ਸੀਗੀਆਂ ਵਿੱਚ ਵੱਡੀਆਂ ਵੱਡੀਆਂ ਸਾਰੀਆਂ ਹੀ ਵਾਹ ਇੰਨੀਆਂ ਵਧੀਆ ਬਣ ਗਿਆ। ਜਾਣ ਕੇ ਚੜਾਉਂਦਾ ਸਾਡੇ ਤਾਂ ਟਰੈਕਟਰ ਬੜਾ ਖਰਾਬ ਹੈਗਾ ਬੰਦਾ, ਇਹ ਜਾਣ ਕੇ ਕਰਦਾ। ਹਾਂ ਪਰ ਇਹ ਵੀ ਤਾਂ ਵਾਹ ਕਰ ਸਕਦਾ ਸੀਗਾ। ਆਹ ਵੇਖ ਲਓ, ਆਹ ਵੇਖੋ ਆਹ ਚੱਲੀਆਂ ਨੇ ਤਵੀਆਂ ਤਾਂ ਖੇਤ 'ਚ ਆਪਣੇ ਤਵੀਆਂ ਵੇਖੋ ਕਿੰਨੀ ਜ਼ਮੀਨ ਪਲਟ ਦਿੰਦੀ ਹੈ ਨਾ, ਸਾਰੀ ਜ਼ਮੀਨ ਪਲਟ ਕੇ ਪਰੇ ਰੱਖ ਦਿੰਦੀ ਹੈ। ਅਤੇ ਮਲੱਕੜਾਂ ਦੀ ਮੁੱਢੀਆਂ ਮਾਢੀਆਂ ਸਭ ਖਤਮ ਹੋ ਗਈਆਂ ਨੇ, ਸਭ ਏ ਤੋਂ ਲੈ ਕੇ ਜੈਡ ਤੱਕ। ਅਤੇ ਪੂਰੀ ਜ਼ਮੀਨ ਵਾਹਵਾਂਗੇ। ਉਹ ਬੇਰੀ ਤੁਹਾਨੂੰ ਵਿਖੀ ਜਾਂਦੀ ਛੋਟੀ, ਉੱਥੋਂ ਤੱਕ ਆਪਾਂ ਬੀਜਾਂਗੇ। ਇੱਧਰ ਸਾਰੀ ਸਰੋਂ ਪੇੜੇ ਬੀਜਾਂਗੇ, ਜੀਰਾ। ਚਲੋ ਚੱਲਦੇ ਹਾਂ ਪੁੱਤਰ, ਆਜਾ ਘਰੇ ਚੱਲੀਏ ਹੁਣ। ਅਤੇ ਸਾਡਾ ਗੁੱਚੀ ਰੋਈ ਜਾਂਦਾ ਇਕੱਲਾ ਜਣਾ, ਉਹ ਬੈਠਾ ਵੇਖਦਾ ਵੀ ਮੈਨੂੰ ਕਿੱਧਰ, ਸਾਨੂੰ ਕਿੱਧਰ ਛੱਡਤਾ ਅਤੇ ਕਿੱਧਰ ਗਏ ਆਪ ਸਾਰੇ। ਅਤੇ ਰੋਈ ਜਾਂਦਾ ਸੜਕ 'ਤੇ ਸਾਨੂੰ ਵੇਖੀ ਜਾਂਦਾ, ਅਰੇ ਗੁੱਚੀ ਸਾਡਾ। ਹਾਂ ਟੁਰਕ ਜਾਵੇਗਾ, ਟੁਰਕ ਹੁਣ ਪੁੱਤਰ ਆਪਣੇ ਨਾਲ ਟੁਰਕ ਜਾਏਗਾ। ਆ ਗਏ ਗੁੱਚੀ, ਅਸੀਂ ਆ ਗਏ। ਉਹ ਵੇਖੋ ਕਿੰਨਾ ਰਾਜੀ ਹੁੰਦਾ ਦਿਲਕ। ਆ ਜਾ ਗੁੱਚੀ, ਆ ਜਾ, ਗੁੱਚੀ ਆ ਵੇਖੋ, ਗੁੱਚੀ ਦੇ ਨਾਲ ਆ ਵੀ ਡਿੱਗ ਪਿਆ।
ਚਲੋ ਆ ਜਾਓ ਘਰੇ, ਚੱਲੀ ਆ ਜਾਓ। ਕੱਲ ਹਰਪ੍ਰੀਤ ਦੇ ਡੈਡੀ ਗੋਭੀ ਲੈ ਕੇ ਆਏ ਸੀ ਤੇ ਬੜੀ ਵਧੀਆ ਵੀ ਗੋਭੀ ਬਣਾਈ ਨਹੀਂ, ਤੇ ਕੱਲ ਕਿਉਂਕਿ ਮੈਂ ਦਾਲ ਬਣਾ ਲਈ ਸੀ ਸਾਬਤ ਮੂੰਗੀ ਦੀ, ਤੇ ਅੱਜ ਗੋਭੀ ਬਣਾਵਾਂਗੇ। ਗੋਭੀ ਆਲੂ ਬੜੇ ਸਵਾਦ ਬਣਦੇ ਆ, ਤੇ ਆਹ ਵੇਖ ਲਓ ਚੱਕੀ ਫਿਰਦਾ ਗੁੱਚੀ। ਹੁਣ ਲੈ ਆਓ ਪੁੱਤਰ, ਮੈਂ ਤਾਂ ਨਹੀਂ ਲੈ ਕੇ ਜਾਂਦੀ, ਚਲੋ ਆਪਾਂ ਘਰੇ ਚੱਲਦੇ। ਆਹ ਵੇਖੋ ਜੀ, ਹੁਣ ਅਸੀਂ ਆ ਗਏ ਘਰੇ। ਘਰੇ ਆ ਕੇ ਹਰਪ੍ਰੀਤ ਨੂੰ ਨਵਾਤਾ ਤੇ ਉਹ ਨਹਾ ਕੇ ਬੈਠਾ। ਇਹਨੂੰ ਮੈਂ ਕਿਹਾ ਤੂੰ ਵੇਖ ਲਾ ਮੋਗਲੀ, ਕਿਉਂਕਿ ਹੁਣ ਰੇਤੇ 'ਚ ਫਿਰ ਨਹੀਂ ਇਹਨੇ ਹੋਣਾ, ਇਸ ਕਰਕੇ ਆ ਬੈਠਾ। ਔਰ ਨਹਾ ਧੋ ਕੇ ਬੈਠਾ। ਹਰਪ੍ਰੀਤ ਦਾ ਡੈਡੀ ਵੀ ਆ ਗਿਆ, ਤੇ ਮੈਂ ਹੁਣ ਬਣਾਵਾਂਗੀ ਸਬਜ਼ੀ ਗੋਭੀ ਦੀ। ਆ ਵੇਖੋ ਕੱਲ੍ਹ ਲੈ ਕੇ ਆਏ ਸੀ ਗੋਭੀ, ਤੇ ਗੋਭੀ ਕੱਟਾਂਗੇ, ਗੋਭੀ ਦੀ ਸਬਜ਼ੀ ਬਣਾਵਾਂਗੇ। ਧੋਵਾਂਗੀ ਪਹਿਲਾਂ ਕੱਪੜੇ, ਫਿਰ ਆਪ ਬਣਾਵਾਂਗੀ, ਫਿਰ ਬਣਾਵਾਂਗੀ ਸਬਜ਼ੀ ਰੋਟੀ। ਅੱਗ ਬਲੀ ਜਾਂਦੀ ਹੈ, ਤੇ ਅੱਜ ਦੀ ਅਸੀਂ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਾਂਗੇ, ਕਿਉਂਕਿ ਕੰਮ ਹਨੇਰਾ ਬਹੁਤ ਜ਼ਿਆਦਾ ਹੋ ਗਿਆ। ਅੱਜ ਸਵੇਰੇ ਧੁੰਦ ਆਉਣ ਦੇ ਵੀ ਚਾਂਸ ਹੈਗੇ ਨੇ ਵੀ ਆਊਗੀ ਥੋੜ੍ਹੀ ਬਹੁਤ ਜਿਹੜੀ ਵੀ। ਅਸੀਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਐਂਡ ਕਰਾਂਗੇ ਜੀ, ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਜਿਹੜੇ ਵੀ ਸਾਡੇ ਚੈਨਲ 'ਤੇ ਨਿਊ ਵਿਜਿਟ ਕਰ ਰਹੇ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਅਤੇ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ, ਅਤੇ ਪਿਆਰੇ ਪਿਆਰੇ ਕਮੈਂਟ ਵੀ ਕਰਨਾ। ਅਤੇ ਠੀਕ ਹੈ ਜੀ, ਬਾਏ ਸਾਰਿਆਂ ਨੂੰ।